ਪੰਜਾਬ ਮਿਨਿਸਟਰਲ ਸਟਾਫ ਨੇ ਕਲਮ ਛੋੜ ਹੜਤਾਲ ਕਰ ਦਿੱਤੀ ਹੈ ਇਹ ਹੜਤਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੀਤੀ ਜਾਵੇਗੀ ਹੜਤਾਲ ਕਰ ਰਹੇ ਸਟਾਫ ਦੇ ਤੱਤੇ ਬੰਦੀ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਜਿਸ ਕਾਰਨ ਉਹਨਾਂ ਨੇ ਹੜਤਾਲ ਕੀਤੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਵਰਗ ਹੜਤਾਲ ਤੇ ਚੱਲ ਰਹੇ ਨੇ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਵੱਲੋਂ ਲਗਾਤਾਰ ਸੌ ਵਰਤੋਂ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਬਹੁਤ ਸਾਰਾ ਕੰਮ ਵੀ ਪ੍ਰਭਾਵਿਤ ਕਹਿ ਸਕਦੇ ਆ ਹੋ ਰਿਹਾ ਤਾਂ ਉਸੇ ਕੰਮ ਨੂੰ ਲੈ ਕੇ ਅੱਜ ਕਹਿ ਸਕਦੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਮੁਹੱਲੀ ਤੋਂ ਪ੍ਰਧਾਨ ਮੌਜੂਦ ਨੇ ਸਭ ਤੋਂ ਪਹਿਲਾਂ ਭਾਜੀ ਗੱਲਬਾਤ ਕਰਾਂਗੇ ਕਿੰਨਾ ਕਾਰਨ ਕਰਕੇ ਹੜਤਾਲ ਜਿਹੜੀ ਕੀਤੀ ਗਈ ਹੈ ਤੇ ਕਦੋਂ ਤੋਂ ਸਟਾਰਟ ਦੇਖੋ ਜੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਕੀ ਸੱਤਾ ਵਿੱਚ ਆਉਂਦੇ ਜਿਹੜੇ ਤੁਹਾਡੇ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਹਨ ਉਹ ਆਉਂਦੇ ਅਸੀਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਸਭ ਤੋਂ ਅਹਿਮ ਮੁੱਦਾ ਪੁਰਾਣੀ ਪੈਨਸ਼ਨ ਬਹਾਲੀ ਜਿਸ ਨੂੰ ਲੈ ਕੇ ਕੀ ਸਰਕਾਰ ਸੱਤਾ ਵਿੱਚ ਆਈ ਹੈ ਤੇ ਮੁਲਾਜ਼ਮਾਂ ਦੀਆਂ ਸਾਰਿਆਂ ਦੀਆਂ ਵੋਟਾਂ ਲੈ ਕੇ ਸਰਕਾਰ ਪੰਜਾਬ ਦੇ ਵਿੱਚ ਬਣਾਈ ਹੈ ਉਹੀ ਵਾਦਾ ਹੁਣ ਸਰਕਾਰ ਗੁਜਰਾਤ ਔਰ ਹਿਮਾਚਲ ਦੇ ਵਿੱਚ ਕਰ ਰਹੀ ਹੈ ਪਰ ਇੱਥੇ ਸਰਕਾਰ ਨੇ ਵਾਦਾ ਪੂਰਾ ਕੋਈ ਨਹੀਂ ਕੀਤਾ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਕੋਈ ਨੋਟੀਫਿਕੇਸ਼ਨ ਤਾਂ ਕੀ ਕੋਈ ਏ ਵੀ ਨਹੀਂ ਕਿਹਾ ਵੀ ਪੁਰਾਣੀ ਪੈਂਚਲ ਜਲਦੀ ਜਾਰੀ ਕੀਤੀ ਜਾਊਗੀ ਨਾ ਕੋਈ ਕਮੇਟੀ ਬਿਠਾਈ ਨਾ ਕੁਝ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਮੰਗਾ ਧੋਡਿਆਂ ਕੀ ਇਹ ਸਾਥ ਦਿੱਤਾ ਜਾਂ ਨਹੀਂ ਦਿੱਤਾ ਕਿਉਂਕਿ ਕਹਿ ਰਹੇ ਨੇ ਕਲਮ ਛੋੜ ਹੜਤਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਨਹੀਂ ਕੀਤੀ ਜਾ ਰਹੀ ਕਿੰਨਾ ਕਾਰਨ ਹੈ ਭਾਜੀ ਜਿਹੜੀ ਪੀ ਐਸ ਐਮ ਐਸ ਸੀ ਯੂ ਹੈ ਉਹਦਾ ਅਸੀਂ ਫੁੱਲੀ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਥੇਬੰਦੀ ਵੱਲੋਂ ਤੇ ਐਮਪਲਾਈ ਵੱਲੋਂ ਸਮਰਥਨ ਕਰਦੇ ਆਂ ਤੇ ਇਹਨਾਂ ਨਾਲ ਅਸੀਂ ਕੱਲ ਇੱਕ ਭਰਵੀ ਰੈਲੀ ਵੀ ਕਰਾਂਗੇ पर ਅਸੀਂ ਗਰੀਬ ਬੱਚਿਆਂ ਦੇ ਭੁੱਖ ਨੂੰ ਦੇਖਦੇ ਹੋਏ ਇੱਥੇ ਕਲਮ ਛੋੜ ਹੜਤਾਲ ਸ਼ੁਰੂ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਸਰਟੀਫਿਕੇਟ ਦੀ ਇੰਨੀ ਕਿਨਕੁਆਰੀ ਆ ਰਹੀ ਹੈ ਲਗਭਗ 500 800 ਬੱਚੇ ਦਾ ਰੋਜ਼ ਵੈਰੀਫਿਕੇਸ਼ਨ ਡੁਪਲੀਕੇਟ ਹੁੰਦਾ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਬੱਚਿਆਂ ਦੀ ਸਰਵਿਸਿਜ਼ ਲੱਗਣ ਕੱਲ ਨੂੰ ਇਹ ਨਾ ਕਹਿਣ ਕਿ ਮੁਲਾਜ਼ਮਾਂ ਦੀ ਹੜਤਾਲ ਕਰਕੇ ਸਾਡੇ ਬੱਚੇ ਜਿਹੜੇ ਆ ਨੌਕਰੀ ਲੱਗਣ ਤੋਂ ਰਹਿ ਗਏ ਉਹਨਾਂ ਦੀ ਅਪਲਾਈ ਕਰਨ ਦੀਆਂ ਡੇਟਾ ਨਿਕਲ ਗਈਆਂ ਇਹ ਰੀਜ਼ਨ ਹੈ ਕਿ ਅਸੀਂ ਕਲਮ ਛੋੜ ਨਹੀਂ ਕਰ ਰਹੇ ਪਰ ਇਹਨਾਂ ਦਾ ਭਰਵਾ ਸਹਿਯੋਗ ਦੇ ਰਹੇ ਹਾਂ ਇਹਨਾਂ ਨੂੰ ਜਿੱਥੇ ਵੀ ਸਾਡੀ ਲੋੜ ਹੋਊਗੀ ਇਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਚੱਲਾਂਗੇ ਬੱਚੇ ਨੇ ਬੋਲ ਕਰਕੇ ਤੁਸੀਂ ਕਲਮ ਛੋੜ ਹੜਤਾਲ ਨਹੀਂ ਕਰ ਰਹੇ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ ਹੜਤਾਲ 10 ਤੋਂ 15 ਤਰੀਕ ਤੱਕ ਚੱਲ ਰਹੀ ਹੈ ਤੁਸੀਂ ਸਮਰਥਨ ਦੇ ਰਹੇ ਹੋ ਅਗਲੀ ਰਣਨੀਤੀ ਕੀ ਜੇਕਰ ਹਜੇ ਵੀ ਹੱਲ ਨਹੀਂ ਹੁੰਦਾ ਦੇਖੋ ਅਗਲੀ ਰਣਨੀਤੀ ਤਾਂ ਇਹ ਹੈ ਕਿ ਫਿਲਹਾਲ ਤਾਂ ਅਸੀਂ ਕलम छोੜ ਹੜਤਾਲ ਕੀਤੀ ਹੈ ਅਗਲੀ ਅਗਰ ਸਰਕਾਰ ਟਾਈਮ ਨਹੀਂ ਦਿੰਦੀ ਤਾਂ ਮੈਨੂੰ ਲੱਗਦਾ ਪੰਜਾਬ ਦੇ ਮੁਲਾਜ਼ਮ ਹਿਮਾਚਲ ਔਰ ਗੁਜਰਾਤ ਕੰਨੀ ਵਧੀਆਂ ਕੱਟਣਗੇ ਤੇ ਉੱਥੇ ਲੋਕਾਂ ਨੂੰ ਜਾ ਕੇ ਅਸੀਂ ਦੱਸਾਂਗੇ ਕਿ ਲਾਰੇबाज ਸਰਕਾਰ ਹੈ ਡੰਗ ਟਪਾਉ ਸਰਕਾਰ ਹੈ ਇਹਨਾਂ ਤੋਂ ਸੁਚੇਤ ਰਹਿ ਕੇ ਵੋਟ ਪਾਈ ਜਾਵੇ ਕੈਮਰਾ ਪਲਸ ਵਸ਼ਵੀਨੀ ਦੇ ਨਾਲ ਕਮਲਦੀਪ ਜੀ ਮੀਡੀਆ ਮੋਹਾਲੀ